ਸਰ ਜਦ ਮੈਂ ਸ਼ੁਰੂ ਸ਼ੁਰੂ 'ਚ ਆਈ ਨਾ ਮੈਂ ਇੱਥੇ ਬੈਠ ਕੇ ਰੋਂਦੀ ਹੁੰਦੀ ਸੀਗੀ ਕਿ ਉਹ ਵੀ ਟਾਈਮ 'ਚ ਜ਼ਿਆਦਾ ਲੋਕ ਸਾਡੇ ਮਤਲਬ ਕਿ ਆਟੋਗ੍ਰਾਫ ਮੰਗਦੇ ਹੁੰਦੇ ਸੀਗੇ ਹੈ ਨਾ ਇੰਨੀ ਮਤਲਬ ਕਿ ਉਹ ਅਲੱਗ ਹੀ ਲਾਈਫ ਹੁੰਦੀ ਹੈ ਅਸੀਂ ਗਰੀਬੀ ਦੇ ਕਾਰਨ ਪਿੱਛੇ ਹਟ ਗਏ ਹੁਣ ਮੈਂ ਇਹੀ ਚਾਹੁੰਦੀ ਹਾਂ ਮੇਰੇ ਇਸ ਲੈਣ 'ਚ ਆਉਣ ਦਾ ਇਹੀ ਮਕਸਦ ਆ ਕਿ ਮੈਂ ਪੈਸਾ ਵੱਧ ਤੋਂ ਵੱਧ ਕਮਾਵਾਂ ਮਿਹਨਤ ਕਰਾਂ ਜੋ ਮੈਨੂੰ ਪ੍ਰੋਬਲਮ ਸਾਹਮਣੇ ਆਈ ਮੇਰੇ ਬੱਚਿਆਂ ਦੇ ਨਾਂ ਉਹ ਚਲੋ ਮੈਂ ਨਹੀਂ ਲੈ ਕੇ ਆਈ ਮੈਡਲ ਮੇਰੇ ਬੱਚੇ ਜ਼ਰੂਰ ਲੈ ਕੇ ਆਉਣ ਇੰਡੀਆ ਦੇ ਲਈ ਹਰ ਇਨਸਾਨ ਇਹੀ ਦੇਖਦਾ ਵੀ ਹਾਂ ਆਪਾਂ ਉੱਚੇ ਮੁਕਾਮਾਂ ਤੱਕ ਪਹੁੰਚੀਏ ਕੋਈ ਦਿਨ ਸੀ ਜਦ ਮੈਂ ਵੀ ਸੋਚਿਆ ਸੀ ਕਿ ਓਲੰਪਿਕ ਜਾਵਾਂਗੇ ਇੰਡੀਆ ਦੇ ਲਈ ਕੋਈ ਮੈਡਲ ਲੈ ਕੇ ਆਵਾਂਗੇ ਪਰ ਉਹ ਸਾਰੇ ਹੁਣ ਟੁੱਟ ਗਏ ਆ ਖੇਡਾਂ ਦੇ ਵਿੱਚ ਅਜਿਹੀ ਰੁਚੀ ਰੱਖੀ ਸਰਟੀਫਿਕੇਟ ਜੋੜੇ ਗੋਲਡ ਮੈਡਲ ਜੋੜੇ ਸਟੇਟ ਲੈਵਲ 'ਤੇ ਖੇਡੀ ਤਾਂ ਅੱਜ ਉਹ ਕੜੀ ਚੌਲ ਵੇਚਣ ਨੂੰ ਮਜਬੂਰ ਹੋਈ ਪਈ ਹੈ ਪਹਿਲਾਂ ਮੇਰੇ ਹਸਬੈਂਡ ਹੀ ਚਲਾਉਂਦੇ ਸੀਗੇ ਇਹ ਕੰਮ ਸਟਾਲ ਦਾ ਮੈਂ ਤਾਂ ਘਰ ਰਹਿੰਦੀ ਸੀਗੀ ਫਿਰ ਉਹ ਬਿਮਾਰ ਹੋ ਗਏ ਬਹੁਤ ਜ਼ਿਆਦਾ ਪੀਜ਼ੇ ਹੀ ਪਹੁੰਚ ਗਏ ਉਹਨਾਂ ਦਾ ਮਤਲਬ ਕਿ ਇਲਾਜ ਚੱਲਿਆ ਉੱਥੇ 7-8 ਦਿਨ ਤੱਕ ਔਰ ਇਸ ਤੋਂ ਬਾਅਦ ਫਿਰ ਮਜਬੂਰੀ ਬਸ ਫਿਰ ਮੈਨੂੰ ਆਉਣਾ ਪਿਆ ਇਸ ਲਾਈਨ ਦੇ ਵਿੱਚ ਕਿ ਸਾਰੇ ਕਹਿੰਦੇ ਸੀ ਤੂੰ ਇੰਨੀ ਐਜੂਕੇਟਡ ਕੁੜੀਆਂ ਇੱਥੇ ਕੀ ਕਰਦੀਆਂ ਮੈਂ ਕਹਿੰਦੀ ਨਹੀਂ ਜੋ ਮੈਂ ਕਰਨਾ ਕਰਨਾ ਹੀ ਹੈ ਜੋ ਮੈਂ ਠਾਣ ਲਿਆ ਮੈਂ ਕਰਨਾ ਕਰਨਾ ਹੀ ਹੈ ਬੁੱਲੇ ਨੂੰ ਲੋਕੀ ਮੱਤੀ ਦਿੰਦੇ ਬੁੱਲਿਆ ਬਹਿ ਜਾ ਵਿੱਚ ਮਸੀਤੀ ਤਾਂ ਬਾਬਾ ਬੁੱਲੇ ਸ਼ਾਹ ਕਹਿੰਦੇ ਵਿੱਚ ਮਸੀਤੀ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਨੀਤੀ ਤਾਂ ਮਿਹਨਤ ਇੱਕ ਅਜਿਹੀ ਦਿਖਾਵਾਂਗਾ ਇੱਕ ਕੁੜੀ ਨੇ ਜੋ ਕਿ ਅਮਨਦੀਪ ਕੌਰ ਸ਼ਹਿਰ ਬਠਿੰਡਾ ਦੀ ਰਹਿਣ ਵਾਲੀ ਖੇਡਾਂ ਦੇ ਵਿੱਚ ਅਜਿਹੀ ਰੁਚੀ ਰੱਖੀ ਸਰਟੀਫਿਕੇਟ ਜੋੜੇ ਗੋਲਡ ਮੈਡਲ ਜੋੜੇ ਸਟੇਟ ਲੈਵਲ 'ਤੇ ਖੇਡੀ ਤਾਂ ਅੱਜ ਉਹ ਕੜੀ ਚੌਲ ਵੇਚਣ ਨੂੰ ਮਜਬੂਰ ਹੋਈ ਪਈ ਹੈ ਮਿਹਨਤ ਹੈ ਪਰ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਇਹ ਇੱਕ ਸਟਾਲ ਦਿਖਾ ਸਕਦਾ ਹਰ ਇੱਕ ਤਸਵੀਰ ਜਿਹੜੀ ਹੈ ਤੁਹਾਨੂੰ ਪਹਿਲਾਂ ਵੀ ਸਾਂਝਾ ਕੀਤੇ ਨੇ ਕਈ ਅਜਿਹੀਆਂ ਪੜ੍ਹਾਈਆਂ ਕਰਕੇ ਨੌਜਵਾਨ ਅੱਜ ਵੀ ਰੇਹੜੀਆਂ 'ਤੇ ਖੜ੍ਹੇ ਹੋਏ ਨੇ ਕਿ ਉਹਨਾਂ ਨੂੰ ਬਣਦੀ ਨੌਕਰੀ ਨਹੀਂ ਮਿਲਦੀ ਅਮਨਦੀਪ ਕੌਰ ਸਾਡੇ ਨਾਲ ਨੇ ਸ਼ਹਿਰ ਬਠਿੰਡਾ ਦੇ ਰਹਿਣ ਵਾਲੇ ਨੇ ਮੋਹਾਲੀ ਦੇ ਵਿੱਚ ਖਾਸ ਤੌਰ 'ਤੇ ਰਹਿ ਰਹੇ ਨੇ ਹੁਣ ਪਰਿਵਾਰ ਦੇ ਨਾਲ ਅਮਨ ਕਿਵੇਂ ਦੇਖਦੇ ਹੋ ਤੁਸੀਂ ਇਹ ਚੀਜ਼ ਰੇਹੜੀ ਲਗਾਈ ਹੈ ਸ਼ੁਰੂਆਤ ਦੇ ਵਿੱਚ ਵੀ ਮੈਂ ਕੁਛ ਲੈਣਾ ਗਈਆਂ ਤਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤਾਂ ਇੱਧਰ ਇਸ ਚੀਜ਼ ਨਾਲ ਜੁੜਨਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਇਹ ਸਪੋਰਟਸ ਨਾਲ ਤੁਹਾਡਾ ਸਾਰਾ ਕੁਛ ਹੋਣਾ ਕੀ ਸਾਰੀ ਕਹਾਣੀ ਹੈ ਤੁਹਾਡੀ ਸਰ ਐਕਚੁਲੀ ਮੈਂ ਬਠਿੰਡਾ ਦੀ ਰਹਿਣ ਵਾਲੀ ਹਾਂ ਮੇਰਾ ਨਾਮ ਅਮਨਦੀਪ ਕੌਰ ਹੈ ਔਰ ਪਹਿਲਾਂ ਮੈਂ ਸਪੋਰਟਸ 'ਚ ਸੀਗੀ ਮਤਲਬ ਕਿ ਸਟੇਟ ਲੈਵਲ ਤੱਕ 2 ਵਾਰ ਗੋਲਡ ਮੈਡਲਿਸਟ ਵੀ ਰਹਿ ਚੁੱਕੀ ਹਾਂ ਸ਼ਤਰੰਜ ਦੇ ਵਿੱਚ ਹਾਂਜੀ ਸਰ ਤੋ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਖੇਡਾਂ ਸਾਰੀਆਂ ਛੁੱਟ ਗਈਆਂ ਮਤਲਬ ਕਿ ਕਬੀਲਦਾਰੀ ਤੁਹਾਨੂੰ ਪਤਾ ਹੀ ਹੋ ਜਾਂਦੀ ਆ ਇਸ ਤੋਂ ਬਾਅਦ ਮੈਰਿਜ ਤੋਂ ਬਾਅਦ ਅਸੀਂ ਇੱਥੇ ਆ ਗਏ ਇੱਥੇ ਆਉਣ ਤੋਂ ਬਾਅਦ ਪਹਿਲਾਂ ਮੇਰੇ ਹਸਬੈਂਡ ਹੀ ਚਲਾਉਂਦੇ ਸੀਗੇ ਇਹ ਕੰਮ ਸਟਾਲ ਦਾ ਮੈਂ ਤਾਂ ਘਰ ਰਹਿੰਦੀ ਸੀਗੀ ਫਿਰ ਉਹ ਬਿਮਾਰ ਹੋ ਗਏ ਬਹੁਤ ਜ਼ਿਆਦਾ ਪੀਜ਼ੇ ਹੀ ਪਹੁੰਚ ਗਏ ਉਹਨਾਂ ਦਾ ਮਤਲਬ ਕਿ ਇਲਾਜ ਚੱਲਿਆ ਉੱਥੇ 7-8 ਦਿਨ ਤੱਕ ਔਰ ਇਸ ਤੋਂ ਬਾਅਦ ਫਿਰ ਮਜਬੂਰੀ ਬਸ ਫਿਰ ਮੈਨੂੰ ਆਉਣਾ ਪਿਆ ਇਸ ਲਾਈਨ ਦੇ ਵਿੱਚ ਕਿਉਂਕਿ ਹੁਣ ਦੇਖੋ ਘਰ ਦਾ ਖਰਚਾ ਵੀ ਕੱਢਣਾ ਹੁੰਦਾ ਬੱਚੇ ਵੀ ਪੜ੍ਹ ਰਹੇ ਆ ਸਕੂਲ ਦੇ ਵਿੱਚ ਫਿਰ ਹਸਬੈਂਡ ਦੀ ਦਵਾਈ ਦਾ ਖਰਚਾ ਫਿਰ ਮਜਬੂਰੀ ਬਸ ਮੈਨੂੰ ਇਸ ਲਾਈਨ 'ਚ ਆਉਣਾ ਪਿਆ ਉਸ ਟਾਈਮ ਮੈਂ ਕਾਲਜ ਦੀ ਸਟੱਡੀ ਕਰਦੀ ਪਈ ਸੀਗੀ ਆਪਣਾ ਕਾਲਜ 'ਚ ਫੈਸ਼ਨ ਡਿਜ਼ਾਇਨਿੰਗ ਦਾ ਕੋਰਸ ਕਰ ਰਹੀ ਸੀ ਉਸ ਟਾਈਮ ਫਿਰ ਮੈਨੂੰ ਪੜ੍ਹਾਈ ਵੀ ਛੱਡਣੀ ਪਈ ਹੋਰ ਕੋਈ ਹਿੱਲਾ ਹੈ ਨਹੀਂ ਸੀਗਾ ਮਤਲਬ ਕਿ ਕਮਾਈ ਦਾ ਕੋਈ ਸਾਧਨ ਵੀ ਹੈ ਨਹੀਂ ਸੀਗਾ ਫਿਰ ਹੁਣ ਆਪਾਂ ਨੂੰ ਕਮਾਈ ਤਾਂ ਕਰਨੀ ਪੈਣੀ ਆ ਘਰ ਤਾਂ ਚਲਾਉਣਾ ਹੀ ਪੈਣਾ ਸੀਗਾ ਫਿਰ ਅਸੀਂ ਮੈਂ ਇਸ ਲਾਈਨ 'ਚ ਆ ਗਈ ਇਸ ਤੋਂ ਬਾਅਦ ਹੁਣ ਮੇਰੇ ਹਸਬੈਂਡ ਤਾਂ ਵੈਸੇ ਠੀਕ ਨੇ ਔਰ ਹੁਣ ਮੈਂ ਚਲਾਉਂਦੀ ਪਈ ਹਾਂਗੀ ਇਸ ਤੋਂ ਬਾਅਦ ਖੇਡਾਂ ਵੀ ਛੁੱਟ ਗਈਆਂ ਪੜ੍ਹਾਈ ਵੀ ਛੁੱਟ ਗਈ ਹੁਣ ਤੁਹਾਨੂੰ ਪਤਾ ਹੀ ਹੈ ਫਿਰ ਘਰ ਪਰਿਵਾਰ ਤਾਂ ਦੇਖਣਾ ਪੈਂਦਾ ਗਾ ਇੱਕ ਅਮਨ ਜਿਵੇਂ ਤੁਸੀਂ ਦੱਸ ਰਹੇ ਹੋ ਸਪੋਰਟਸ ਦੇ ਨਾਲ ਨਾਤਾ ਰੱਖਿਆ ਪੜ੍ਹਾਈ ਦੇ ਨਾਲ ਨਾਤਾ ਰੱਖਿਆ ਪੜ੍ਹਨ ਦੀ ਕੋਸ਼ਿਸ਼ ਕੀਤੀ ਇੱਕ ਸੁਪਨਾ ਹੁੰਦਾ ਹੈ ਕਿ ਮੈਂ ਪੜ੍ਹ ਕੇ ਚੰਗਾ ਖਿਡਾਰੀ ਬਣ ਕੇ ਇੱਕ ਚੰਗੀ ਜੋਬ ਹਾਸਿਲ ਕਰਾਂਗਾ ਸਰਕਾਰੀ ਨੌਕਰੀ ਹਾਸਿਲ ਕਰਾਂਗਾ ਫਿਰ ਤੁਹਾਡੇ ਸੁਪਨੇ ਫਿਰ ਮਰ ਗਏ ਸਾਰੇ ਵੀ ਜਿਹੜਾ ਕੁਝ ਸੋਚਿਆ ਸੀ ਉਹ ਨਹੀਂ ਹੋ ਰਿਹਾ ਤਾਂ ਹੋਰ ਪਾਸੇ ਨੂੰ ਰਾਹ ਜਾਈ ਜਾਂਦਾ ਹਾਂਜੀ ਸਰ ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਆ ਹਰ ਕਿਸੇ ਇਨਸਾਨ ਦੇ ਮਨ 'ਚ ਇਹੀ ਸੁਪਨਾ ਹੁੰਦਾ ਨਾ ਹਰ ਇਨਸਾਨ ਇਹੀ ਦੇਖਦਾ ਵੀ ਹਾਂ ਆਪਾਂ ਉੱਚੇ ਮੁਕਾਮਾਂ ਤੱਕ ਪਹੁੰਚੀਏ ਕੋਈ ਦਿਨ ਸੀ ਜਦ ਮੈਂ ਵੀ ਸੋਚਿਆ ਸੀ ਕਿ ਓਲੰਪਿਕ ਜਾਵਾਂਗੇ ਇੰਡੀਆ ਦੇ ਲਈ ਕੋਈ ਮੈਡਲ ਲੈ ਕੇ ਆਵਾਂਗੇ ਪਰ ਉਹ ਸਾਰੇ ਹੁਣ ਟੁੱਟ ਗਏ ਆ ਹੁਣ ਵੀ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਜੇ ਹੁਣ ਵੀ ਕੋਚਿੰਗ ਸਹੀ ਮਿਲੀ ਜਾਵੇ ਜਾਂ ਹੈ ਨਾ ਇਹਨਾਂ ਚੀਜ਼ਾਂ ਤੋਂ ਮੈਂ ਥੋੜ੍ਹਾ ਹਟ ਕੇ ਸਪੋਰਟਸ ਵੱਲ ਆ ਜਾਵਾਂ ਤਾਂ ਮੈਡਲ ਮੈਂ ਹੁਣ ਵੀ ਲਿਆ ਸਕਦੀ ਹਾਂ ਇੰਨਾ ਕੌਨਫੀਡੈਂਸ ਮੈਨੂੰ ਆਪਣੇ ਆਪ 'ਤੇ ਹੈਗਾ ਹਾਂਜੀ ਔਰ ਬਾਕੀ ਇਸ ਲਾਈਨ 'ਚ ਆਉਣ ਦਾ ਮੇਨ ਮੁੱਦਾ ਮੇਰਾ ਕੀ ਸੀਗਾ ਕਿ ਚਲੋ ਪਹਿਲਾਂ ਸਾਡੇ ਗਰੀਬੀ ਸੀਗੀ ਬਹੁਤ ਜ਼ਿਆਦਾ ਠੀਕ ਹੈ ਮੇਰੇ ਡੈਡੀ ਨੇ ਬੜੀ ਮੁਸ਼ਕਲ ਨਾਲ ਸਾਨੂੰ ਪੜ੍ਹਾਇਆ ਹੁਣ ਆਪਣੇ ਖਰਚੇ ਦੇ ਉੱਪਰ ਲੈ ਕੇ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਮਤਲਬ ਕਿ ਉਹਨਾਂ ਨੇ ਫਿਰ ਵੀ ਵਿਚਾਰਿਆਂ ਨੇ ਕਿਵੇਂ ਨਾ ਕਿਵੇਂ ਕਰਕੇ ਸਾਨੂੰ ਉਸ ਲੈਵਲ ਤੱਕ ਪਹੁੰਚਾਇਆ ਪਰ ਅਸੀਂ ਗਰੀਬੀ ਦੇ ਕਾਰਨ ਪਿੱਛੇ ਹਟ ਗਏ
हूँ मैं यही चाहनी हूँ, मेरे इस लाइन चाहन का यही मकसद आ कि मैं पैसा वध तो वध कमावां, मेहनत करा, जो मैनू प्रॉब्लम सामने आई मेरे बच्चों के नाम वो चल चलो मैं नहीं लेके आई मैडल, मेरे बच्चे जरूर लेके आने इंडिया के लिए। गोल्ड मैडल जीते, सर्टिफिकेट बहुत सारे अपने नाम किए, तो यह चीज़ा सारिया कर चीज़ों फिर याद आना, क्योंकि एक जो ग्राउंड जाना एक दुकान पर आना फिर वो चीज़ा दिमाग के आदि कि मैं तैयारी करनी सी, कि मैं ये सोचना भी मेरा गंढा लैके आने वाला, टमाटर लैके आना पे, मिर्च लैके आने, ये भी सोच होंगी। हाँ जी हाँ जी सर, जब मैं शुरू च आई ना, मैं इतने बैठ के रोंदी होंगी सी। अच्छा। कि वह भी टाइम से ज्यादा लोग साढ़े मतलब कि ऑटोग्राफ मंगते होंगे सी, है ना, इन्नी मतलब कि वह अलग ही लाइफ होंगी है जी। जब मैं इतने आना मतलब कि बड़ा अच्छा, फिर चावल मंगते हैं भी कि चावल पैक कर दो, कड़ी पैक कर दो। हाँ जी हाँ जी इदा ही बोलते हैं कि जी मैडम हाफ प्लेट कर दो, फुल प्लेट कर दो। वो वक्त मतलब कि याद तो आते हैं, बहुत ज़्यादा आते हैं, मतलब कि रोना भी आता देख देख के, है ना। पर हम की करिए, मजबूरी बस जी, मजबूरी बहुत कुछ करा दें इंसान को, कहते नहीं अरशों तो फर्श से कर दें जी, गरीबी भी ये चीज़ा कर ही देंदी है जी। हूँ जी मेरा तो हूँ यही, मेरा भी मन हूँ भी बहुत करता कि मैं खेडा अगे वधा, क्योंकि मेरे हसबेंड भी मैं बहुत सपोर्ट करते हैं इस लाइन के, उन्होंने इतने भी काफ़ी जगह पता करने की कोशिश की है भी कितने कोचिंग वगैरह मिलती हो, चलो मेरी वाइफ अगे अपना कंटिन्यू कर लेगी, जितों गेम छुट्टी उतों फिर दोबारा शुरू करके अगे वधेगी। पर सानू कितने भी कोई कोचिंग महंगी बहुत मिलती है जी, साढ़े बस की गल नहीं हैगी। तो हूँ सुपने फिर जो मैं कह दिता सी कि सुपने मर गए ने, फिर सुपने फिर उजागर करने की कोशिश करोंगे, जो फिर इस तरह चलना है, जो फिर मेहनत करके फिर अगे आने की कोशिश करोगे, कि सुपने ने तो सपोर्ट भी तुम्हें मिलती है, पहला भी सपोर्ट मिलती रही, हूँ अगे दे सुपने की ने पता। सर देखो जो मौका मिलेगा तो सुपने तो मैं जरूर पूरे करूँगी अपने, ये तो हूँ 100% सच है। बाकी मेहनत करी जाने फल तो अपने आप मिल जाएगा, जे आप मेहनत नहीं करांगे तो फिर फल कितों मिलेगा। हूँ पैसे कट्ठे करती पई हाँ कि मैं वधिया कोचिंग लैके अपना अगे वध सकां, इसीलिए मैं स्टाल का काम करती पई हाँ कि चलो चार पैसे जुड़ जाएंगे ना, आप अच्छी कोचिंग लैके जिहड़ा मैं अज तक नहीं पूरा कर सकी, ओलंपिक वगैरह जाऊँगी जरूर जी। लोग गल्लां नहीं करते, रिश्तेदार नहीं गल्लां करते भी कुड़ी स्पोर्ट्स दे विच जांदी जांदी, किधर विआह होया उस तो बाद कड़ी चौल वेचन लाती, इस एवें दीआं नहीं गल्लां हुंदीआं सर? एक्चुअली उन्हां नूं पता ही नहीं कि मैं कम करती पई आं, वीडियो तो पता लग जाएगा। एक्चुअली उन्हां नूं नहीं पता, तो बाकी हुण जे पता भी लग जाए, मेहनत च कोई शर्म नहीं हैगी, मेहनत करते पए हैं अपना वधिया इज्जत दिखाते पए हैं, उहदे विच कोई शर्म नहीं हैगी। और बाकी यही सुपना हुण मैं अपना कम करके अगे वधां, जो मैं मतलब कि अगे नैशनल जां कह दो हाई लैवल दी टीम च नहीं सिलेक्ट हो पई, वो मैं जरूर मैडल लेके आवां ओलंपिक वगैरह जाके, है ना। कहिंदे नहीं कि मतलब कि वर्ल्ड कप वगैरह जिंदा, इंडिया दे हुण बहुत सारे पिछे आ, चीन किन्ने मैडल लेके आंदा, इंडिया बेचारा पिछे रह जांदा हैगा, जदों हुण मेरे वर्गे नूं इहो जिहा मजबूरी बस इन्हां कम्मां च वड़ना पैंदा, मैडल कित्थों आउण जी। बेड़ा किहड़ियां-किहड़ियां गेमां नूं ज़्यादातर तुसीं खेडदे सी, ਕਿਹੜੀ-ਕਿਹੜੀ ਗੇਮ ਦੇ ਵਿੱਚ ਤੁਸੀਂ ਕਿਹੜਾ ਮੈਡਲ ਲੈ ਕੇ ਆਇਓ, ਇਹ ਤੁਹਾਨੂੰ ਕੁਝ ਜਹਿਨ ਦੇ ਵਿੱਚ ਆਏਗਾ? ਸਰ ਪਹਿਲਾਂ ਤਾਂ ਮੈਂ ਵਾਲੀਬਾਲ ਹੀ ਖੇਡਦੀ ਸੀਗੀ, ਉਹ ਮੈਂ ਡਿਸਟ੍ਰਿਕਟ ਲੈਵਲ ਤੱਕ ਹੀ ਖੇਡੀ ਹਾਂ, ਇਸ ਤੋਂ ਅੱਗੇ ਨਹੀਂ ਜਾ ਪਾਈ ਕਿਉਂਕਿ ਇਸ ਤੋਂ ਬਾਅਦ ਮੇਰਾ ਇੰਟਰਸਟ ਪੈ ਗਿਆ ਸੀਗਾ ਚੈੱਸ ਦੇ ਵਿੱਚ। ਅੱਛਾ। ਉੱਥੇ ਬੱਚੇ ਖੇਡਦੇ ਸੀਗੇ ਸਕੂਲ ਦੇ ਵਿੱਚ, ਮਤਲਬ ਕਿ ਬਹੁਤ ਮਹਿੰਗੀ ਗੇਮ ਆ ਜੀ, ਤੁਹਾਨੂੰ ਵੀ ਪਤਾ ਹੀ ਆ ਇਹ, ਜ਼ਿਆਦਾ ਸਸਤੀ ਨਹੀਂ ਹੈਗੀ। ਮੈਂ ਦੇਖਦੇ ਰਹਿਣਾ ਕਿ ਕਿੱਦਾਂ ਖੇਡਦੇ ਆ, ਮੈਂ ਸਿੱਖੀ ਨਹੀਂ ਸੀ, ਕੋਚਿੰਗ ਮੈਂ ਕਿਤੋਂ ਨਹੀਂ ਲਈ ਹਜੇ ਤੱਕ, ਹਜੇ ਤੱਕ ਮੈਂ ਕਿਤੋਂ ਵੀ ਕੋਚਿੰਗ ਨਹੀਂ ਲਈ, ਮੈਂ ਸਿਰਫ ਉਹਨਾਂ ਨੂੰ ਖੇਡਦੇ ਹੋਏ ਦੇਖਿਆ, ਮੇਰੇ ਜ਼ਹਿਨ 'ਚ ਵੜ ਗਈ ਉਹ ਸਾਰੀ, ਮਤਲਬ ਕਿ ਕਿੱਦਾਂ ਕੋਈ ਚਾਲ ਕਰਨੀ ਹੈ, ਕਿੱਦਾਂ ਕੀ ਹੋ ਰਿਹਾ, ਸਭ ਕੁਝ ਮੈਨੂੰ ਪਤਾ ਲੱਗ ਗਿਆ। ਮੈਂ ਉਹਨਾਂ ਨੂੰ ਪੁੱਛਿਆ ਤੱਕ ਵੀ ਨਹੀਂ ਤੁਸੀਂ ਕਿੱਦਾਂ ਖੇਡ ਰਹੇ ਹੋ, ਕੀ ਕਰਦੇ ਹੋ, ਮੈਂ ਕੁਛ ਨਹੀਂ ਪੁੱਛਿਆ, ਆਪਣੇ ਆਪ ਹੀ ਮੇਰੇ ਮਾਈਂਡ 'ਚ ਆ ਗਿਆ ਸਾਰਾ ਕੁਛ। ਇਸ ਤੋਂ ਬਾਅਦ ਘਰੇ ਆ ਕੇ ਮੈਂ ਮਿੱਟੀ ਦੀ ਬਣਾਈ, ਖੁਦ ਤਿਆਰ ਕੀਤੀ, ਕਿਉਂਕਿ ਖਰੀਦਣ ਦੇ ਇੰਨੇ ਪੈਸੇ ਨਹੀਂ ਸੀਗੇ, ਚੈੱਸ ਅਸੀਂ ਖੁਦ ਮਿੱਟੀ ਦੀ ਤਿਆਰ ਕੀਤੀ, ਔਰ ਪਾਪਾ ਬੋਲਦੇ ਸੀ ਕਿ ਪਤਾ ਨਹੀਂ ਕਿਆ ਕਰਦੀਆਂ ਪਈਆਂ ਕੁੜੀਆਂ, ਉਹਨਾਂ ਨੂੰ ਨਹੀਂ ਨੌਲੇਜ ਸੀਗੀ ਇੰਨੀ। ਔਰ ਫਿਰ ਜਦ ਅਸੀਂ ਖੇਡਦਿਆਂ ਖੇਡਣ ਲੱਗ ਗਏ, ਮੈਂ ਆਪਣੀ ਭੈਣ ਨੂੰ ਦੱਸਿਆ ਕਿ ਇੱਦਾਂ ਇੱਦਾਂ ਖੇਲੀ ਦੀ ਆ, ਮੇਰੀ ਵੱਡੀ ਭੈਣ ਖੇਡਣ ਲੱਗ ਗਈ, ਹੌਲੀ ਹੌਲੀ ਅਸੀਂ ਸਾਰੇ ਭੈਣ ਭਰਾ ਆਪਣਾ ਆਪਸ ਵਿੱਚ ਗੇਮ ਖੇਡਣ ਲੱਗ ਗਏ। ਇਸ ਤੋਂ ਬਾਅਦ ਇੱਕ ਦਿਨ ਡਿਸਟ੍ਰਿਕਟ ਟੀਮ ਦੀ ਸਿਲੈਕਟ ਕਰਦੇ ਪਏ ਸੀ ਟੀਚਰ ਸਾਡੇ ਸਕੂਲ ਦੇ, ਅਤੇ ਉਹ ਕੁੜੀ ਜਿਹੜੀ ਜਿੱਤੀ ਸੀਗੀ ਉਹਨੂੰ ਕਹਿੰਦੇ ਤੂੰ ਸਿਲੈਕਟ ਆ, ਮੈਂ ਕਿਹਾ ਸਰ ਇੱਦਾਂ ਨਹੀਂ ਕਰਨਾ, ਸਾਡੇ ਨਾਲ ਮੈਚ ਲਗਵਾਓ। ਫਿਰ ਮੈਂ ਮੈਚ ਲਾਇਆ, ਮੈਂ ਜਿੱਤੀ, ਦੋ ਤਿੰਨ ਚਾਲਾਂ 'ਚ ਮੈਂ ਜਿੱਤ ਗਈ ਉਹਦੇ ਤੋਂ। ਸਰ ਕਹਿੰਦੇ ਤੁਸੀਂ ਬੱਚੇ ਕਿੱਥੇ ਸੀਗੇ ਹੁਣ ਤੱਕ? ਮੈਂ ਸਰ ਬਸ ਤੁਸੀਂ ਹੁਣ ਦੇਖ ਲਿਆ ਨਾ, ਹੁਣ ਤੁਸੀਂ ਸਿਲੈਕਟ ਕਰੋ। ਫਿਰ ਉਹਨਾਂ ਨੇ ਸਿਲੈਕਟ ਕਰਿਆ ਡਿਸਟ੍ਰਿਕਟ, ਡਿਸਟ੍ਰਿਕਟ ਤੋਂ ਸਟੇਟ ਲੈਵਲ ਤੱਕ, ਮਤਲਬ ਕਿ ਬਹੁਤ ਸੀਗਾ ਸੰਘਰਸ਼। ਅਤੇ ਫਿਰ ਅਸੀਂ ਉੱਥੋਂ ਤੱਕ ਗਏ, ਫਿਰ ਸਾਨੂੰ ਸਰ ਨੇ ਗਿਫਟ ਦੇ ਵਜੋਂ ਇੱਕ ਚੈੱਸ ਵੀ ਦਿੱਤੀ ਸੀ, ਜਿਹੜੇ ਨਾਲ ਅਸੀਂ ਅੱਗੇ ਖੇਡ ਖੇਡ ਕੇ ਆਪਣਾ ਗਏ। ਮੈਂ ਹੀ ਨਹੀਂ ਸਰ, ਮੇਰੇ ਭੈਣ ਭਰਾ ਵੀ ਬਹੁਤ ਅੱਛੇ ਪਲੇਅਰ ਨੇ, ਉਹ ਵੀ ਹੁਣ ਵਿਚਾਰੀਆਂ ਘਰ ਹੀ ਨੇ, ਕਿਉਂਕਿ ਮੇਰੇ ਡੈਡੀ ਹੈਂਡੀਕੈਪਟ ਹੋ ਗਿਆ, ਉਹਨਾਂ ਦੇ ਐਕਸੀਡੈਂਟ ਹੋ ਗਿਆ ਸੀਗਾ, ਉਹਨਾਂ ਦੀ ਟੰਗ ਮਤਲਬ ਕਿ ਕੱਟੀ ਗਈ ਸੀਗੀ,
तो हूँ वह भी बेचारे घर ही बैठे हुए वह भी स्टेट लैवल तक गए हुए हैं। मेरे छोटे भैन भाई पढ़ाई च भी बहुत अच्छी सी, मेरी छोटी सिस्टर वह भी हूँ गरीबी के कारण घर ही बैठना पै रहा उन्होंने भी। इतने तो नहीं कोई परेशानी होंगी जिमें रेहड़ी लगाने कोई आंढ गुआंढ ज कोई, क्योंकि एक कुड़ी खड़ना तो एक डर लगता होंगे भी एरिया किमें आगे दुकान लानी, इस तरह का कोई डर नहीं? नहीं सर, मतलब कि जी पूरी मार्केट है बहुत सपोर्ट करती है, इदा की कोई गल नहीं, कोई भी प्रॉब्लम होंगी है सारे खड़े रहेंगे भैन भाई अपने साथ देंगे ने। शुरू शुरू चाहे तो पता हर काम च कोई भी है छोटा हो चाहे व्डा मुश्किल तो आदि ही आदि, असल खिलाड़ी तो वो जरा मैदान च डटिया रहे। तो मैं हर एक कोई भी चीज़ आ मैं जे मैं पहला पहला मैं नहीं ला सकती सी, क्योंकि सारे कहते तू इन्नी एजुकेटड कुड़ी इतने की कर दी है। मैं कहती नहीं, जो मैं करना करना ही है, जो मैं ठान लिया मैं करना करना ही है, क्योंकि पिछे हटना तो मैं शुरू तो नहीं सीखा। हूँ भी सर जितों अपनी कोचिंग छुट्टी आ, जितों मेरी सारी ये छुट्टी आ खेलता, मैं उतों फिर शुरू करूँगी। शुरुआत करने स्नेहा की होएगा तुहाडे वल्लों, तुसीं एक हौसला बन जाने हो वह लोगों के लिए कि जिहड़े हिम्मत हारते हैं, कई कह दें साढ़े तो नहीं हो रहा असीं नहीं कर सकते, उन्होंने खास तौर पर की मैसेज देना चाहोगे कि तुहाडी जिहड़ी स्ट्रगल है उन्होंने देख के, क्योंकि तुसीं स्टडी की उस तो बाद खेडां दे वल ध्यान सारा कुछ मैडल भी लैके आए, उन्होंने लोगों लिए की मैसेज होएगा? सर तुहानूं मैं सच्ची गल दसां तां इत्थे मेरे स्टाल ते वी कई इहो जिहियां कुड़ियां आउंदियां ने जिहड़ियां मैनूं मूंह ते बोल के जांदियां कि तुहाडे तों मैनूं सानूं बहुत प्रेरणा मिलदी पई आ। एक कल परसों दी गल आ, कुड़ी आई अमृतसर तों उसदे नाल उहदे हसबैंड, और उह आ गई कड़ी चावल खा के कि मेरे तों उहनां दे हसबैंड ने राजमा खाए, और उह कहिंदी पई आ दीदी कहिंदी तुहानूं देख के मैनूं बहुत ज़्यादा खुशी महसूस होंदी पई आ, कहिंदी मेरी कैनेडा दे विच जॉब लगी आ, पर कहिंदी मैं झिझकदी पई सी मैं किद्दां बाहर निकल के किद्दां काम करूंगी, कहिंदी दीदी जे तुसीं इत्थे काम कर सकदे मैं उत्थे क्यों नहीं कर सकदी। मतलब कि बहुत ज़्यादा हौसला जहा हो जाता उस टाइम जो बंदा कोई भी तारीफ करता अपनी, मतलब कि मैंने शाबाशी भी दे के गई, कहिंदी दीदी तुसी बहुत अच्छा काम करते पे हो, मेहनत करते पे हो, अच्छी गल आ। कैनेडा अमेरिका तो बहुत सारे अंकल आते वो भी मैंने मतलब कि शाबाशी दे के जाते हमेशा ही कि तुसी बहुत अच्छा काम करते पे हो, मेहनत करते पे हो। उन्होंने ये नहीं पता कि मैं स्टेट लैवल की चैंपियन हाँ, क्योंकि किसी को भी नहीं पता सर, क्योंकि हम जो जो आप काम करते पे उ कर रहे हैं ना, तो फिर इन चीज़ों का तो कोई हजे जो तो आप आ गए आ जाएंगे ना न्यूज़ चैनल से मेडल मुडल लैके आवेंगे फिर सबनों पता लग जाना जी। बहुत शुक्रिया, तो सबनों पता लग जाएगा जदों नाम होया, हूँ नाम नहीं है हूँ थोड़ा देख रहे, पर मेहनत करके पढ़ाई करके इस तरह रेहड़ियाँ लगानियाँ खड़ना एक दिल तो दुखदा, क्योंकि जदों लोग साढ़े तो ऑटोग्राफ मंगते सी कि सानू ऑटोग्राफ दिता जाए क्योंकि साड़ी खेड नू प्यार दिता जाता सी, पर अज जदों साढ़े तो कढ़ी चावल अजिहियां चीज़ां मंगते हैं उदों दिल दुखदा, पर यह मेहनत है सानू इस तो घबराना नहीं चाहिए। अमनदीप कौर जो कि बठिंडा रहने वाले ने मोहाली दे विच ये रेहड़ी लगाते हैं, तो इत्थे जिहड़ा कढ़ी चावल बेचते हैं, पर असल दे विच इन्हां दी जिहड़ी खेड है वह सुपना है वह अधूरा रह चुका, पर इन्हां दी एक कोशिश है कि अच्छी कोचिंग मिलेगी, क्योंकि मैं अगर किसी तो सीखी नहीं तो आने वाले दिनों में मैं जरूर कोशिश करा कि कोचिंग लैके मैं होर पंजाब के लिए खेडा, तो स्टेट लैवल तो लैके होर अगे तक जिहड़ा खेडन की कोशिश करा। आने वाले दिनों में की तस्वीर होएगी वह भी तुहाडे नाल सांझी करांगे, तो इस वीडियो में वध तो वध प्यार दिओ। कैमरा सहयोग दे सी जगदीश, धन्यवाद।